स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड अराइयां वाला कलां फरीदकोट जिला ते फरीदकोट दे बिल्कुल नेड़ है, फरीदकोट तो सीधी सड़क इस पिंड दे विच जिहड़ी उह आउंदी है। पहली वीडियो दोस्तों इस घर दे विचों ते जदों आ के पशु देखिया जां बाई दे शौक बारे पता लगा तां नीली रावी नसल दा बहुत ज़्यादा बाई नूं शौक है ते नगीने ही घर दे विच रखे हुए आ नीली रावी नसल दे विच। हालांकि जिहड़ी वीडियो बना रहे हैं उहदे पिछे मकसद यह है भी एक तां इह मझ नीली रावी नसल दी थोड़ा टाइम पहला ही सोई है, हजे दुध बच्चे नूं पिआउणा है। चंगे साण दा इहने जिहड़ा बच्चा नामी साण दा इहने बच्चा दित्ता ते इक तोकड़ गब्बण बूरी मझ है। बूरी मझ भी इहो जी बाई दसदा भी जिहड़े मर्जी झोटे तों क्रॉस करा लो पर बच्चा इह बूरा ही दिंदी है ते दिंदी भी जिहड़ा उह मेलियां वाला बच्चा है शकीन बच्चे जिहड़े इह मझ पाउंदी है ਤੋਕੜ ਗੱਬਣ ਬੂਰੀ ਹੈ ਇਹ ਵੀ ਵਿਕਾਊ ਆ। ਇਹਦੇ ਅੱਗੇ ਕੁਛ ਬੱਚੇ ਬਾਈ ਕੋਲ ਇਹਦੀਆਂ ਝੋਟੀਆਂ ਤੁਸੀਂ ਦੇਖ ਰਹੇ ਹੋ ਸਾਹਮਣੇ ਉਹ ਵੀ ਹੈਗੀਆਂ। ਡਿਟੇਲ ਇਹਨਾਂ ਸਾਰੇ ਪਸ਼ੂਆਂ ਬਾਰੇ ਬਾਈ ਤੋਂ ਪੁੱਛਾਂਗੇ ਕਿਉਂਕਿ ਵੀਡੀਓ ਸ਼ੌਂਕ ਵਜੋਂ ਵੀ ਨਾਲ ਬਣਾਉਣੀ ਆ, ਤੁਹਾਨੂੰ ਦਿਖਾਉਣੇ ਆ ਨਾਗ ਜਿਹੜੇ ਬਾਈ ਨੇ ਘਰ ਦੇ ਵਿੱਚ ਸੰਭਾਲੇ ਆ ਚੰਗੇ ਦੁੱਧ ਵਾਲੀਆਂ ਮੱਝਾਂ। ਹਾਲਾਂਕਿ ਕਿਸੇ ਮੇਲੇ 'ਤੇ ਵੀਰ ਦੱਸਦਾ ਵੀ ਬਹੁਤੀ ਰੁਚੀ ਰੱਖੀ ਨਹੀਂ ਗਈ ਜਾਣ ਦੀ, ਘਰ ਦੇ ਵਿੱਚ ਹੀ ਪਸ਼ੂ ਰੱਖੇ ਹੋਏ ਆ ਪਰ ਨੀਲੀ ਰਾਵੀ ਨਸਲ 'ਚ ਬਹੁਤ ਸੋਹਣੇ ਪਸ਼ੂ ਬਾਈ ਦੇ ਸੰਭਾਲੇ ਗਏ। ਸੋ ਦੋਸਤੋ ਵੀਡੀਓ ਨੂੰ ਐਂਡ ਤੱਕ ਦੇਖਦੇ ਰਹੋ। ਜਿਹਨੂੰ ਉਹ ਜਿਹੜੇ ਸ਼ੁਰੂ ਦੇ ਵਿੱਚ ਦੋ ਨਾਗ ਵਿਕਾਊ ਤੁਹਾਨੂੰ ਦੱਸੇ ਆ ਪਸੰਦ ਆਉਣਗੇ ਉਹ ਵੀ ਖਰੀਦ ਸਕਦੇ ਹੋ ਅਤੇ ਸ਼ੌਕੀਨ ਵੀਰ ਜਿਹੜੇ ਨੀਲੀ ਨੂੰ ਪਿਆਰ ਕਰਦੇ ਆ ਉਹ ਤੁਸੀਂ ਇਹਨਾਂ ਮੱਝਾਂ ਨੂੰ ਦੇਖੋਗੇ ਜਦੋਂ ਆਪਾਂ ਡਿਟੇਲ ਪੁੱਛਾਂਗੇ ਉਦੋਂ ਦੁੱਧ ਬਾਰੇ ਪਤਾ ਲੱਗੂਗਾ ਨਾਲ ਇਹ ਪਸ਼ੂ ਜਿਹੜੇ ਉਹ ਵੈਸੇ ਵੀ ਦਿਖਾ ਦੇਣੇ ਆ। ਸੋ ਆਓ ਵੀਰ ਨਾਲ ਗੱਲਬਾਤ ਕਰਦੇ ਹਾਂ ਅਤੇ ਇਹਨਾਂ ਬਾਰੇ ਆਪਾਂ ਡਿਟੇਲ। ਬਾਈ ਸਤਿ ਸ਼੍ਰੀ ਅਕਾਲ, ਨਾਮ ਦੱਸੀ ਵੀਰ ਠੀਕ ਹੈ ਗੁਰਲਾਭ ਬਾਈ, ਨੀਲੀ ਰਾਵੀ ਨਸਲ ਦਾ ਸ਼ੌਂਕ ਕਦੋਂ ਕਦਾ ਬਣਿਆ ਗਿਆ? ਪਸ਼ੂ ਤਾਂ ਪਹਿਲੇ ਰੱਖਦੇ ਪਰ 5 ਸਾਲ ਹੋ ਗਿਆ ਬਾਲਾ ਨੀਲੀ ਰਾਵੀ ਵਾਲਾ ਆਪਣਾ ਧਿਆਨ। ਠੀਕ ਹੈ, 5 ਸਾਲਾਂ ਤੋਂ ਫਿਰ ਇਧਰਲੇ ਪਾਸੇ ਹੀ ਹੋ ਗਏ ਨੀਲੀ ਵਾਲੇ ਪਾਸੇ? ਹਾਂ, ਨੀਲੀ ਵਾਲੇ ਪਾਸੇ। ਮੂਹਰਾ ਮੱਝ ਆਪਾਂ ਨਾ ਹੀ ਕਦੀ ਲਈ ਹੈ ਤੇ ਨਾ ਹੀ ਮਤਲਬ ਵੇਚੀ ਹੈ। ਠੀਕ ਹੈ, ਮੂਹਰਾ ਰੱਖਣ ਦਾ ਨਹੀਂ ਕੋਈ ਵਿਚਾਰ ਹੈਗਾ? ਠੀਕ ਹੈ। ਅੱਛਾ, ਨੀਲੀ ਰਾਵੀ 'ਚ ਫਿਰ ਪਹਿਲੀ ਮੱਝ ਕਿਹੜੀ ਆਈ ਤੇਰੇ ਕੋਲ ਵੀਰੇ? ਪਹਿਲੀ ਮੱਝ ਕੋਈ ਆਪਣੇ ਕੋਲ ਆਈ ਸੀ। ਠੀਕ ਹੈ। ਅੱਛਾ, ਇਹਦਾ ਕੀ ਰਿਕਾਰਡ ਰਿਹਾ ਵੀਰੇ ਦੁੱਧ ਵਾਲੇ ਪਾਸੇ? ਇਹਦਾ ਪਹਿਲੇ ਸੂਏ ਮਤਲਬ ਪਿਛਲੇ ਸੂਏ ਦਾ ਖਰਾਬ ਹੋ ਵਿੱਚ ਉੱਤੇ ਸੂਏ 21 ਪਲੱਸ ਟੱਪਦੀ ਰਹੀ ਹੈ, 21.5 22 ਕਿਲੋ ਦੁੱਧ ਪਾਉਂਦੀ ਰਹੀ ਹੈ। ਪਿਛਲੇ ਸੂਏ ਮਿਲਕ ਫੀਵਰ ਹੋ ਗਿਆ ਸੀ। ਪਿਛਲੇ ਸੂਏ ਮਿਲਕ ਫੀਵਰ ਹੋ ਗਿਆ ਸੀ ਤੇ ਵੈਸੇ ਦੁੱਧ ਦਾ ਰਿਕਾਰਡ ਯਾਨੀ 20 ਤੋਂ ਬਾਹਰ ਹੀ ਕੀ ਕਿਲੋ ਕਿਤੇ ਚਵਾਈ ਵਗੈਰਾ ਵੀ ਕਰਵਾਈ? ਕਿ ਚਵਾਈ ਹੈ ਬਾਈ ਜੀ, ਫਰੀਦਕੋਟ 2 ਸਾਲ ਲਗਾਤਾਰ ਪਾਈ ਹੈ ਜੋ ਕੰਮਿਆਂ ਨੇ ਮੇਲਾ ਲੱਗਾ 2 ਸਾਲ। ਠੀਕ ਹੈ, 1 ਸਾਲ ਤਾਂ ਫਸਟ ਆਈ ਸੀ, 1 ਸਾਲ 4ਵੇਂ ਨੰਬਰ ਤੇ ਆਈ ਸੀ। ਠੀਕ ਹੈ, ਜ਼ਿਲ੍ਹੇ ਲੈਵਲ ਦੇ ਮੇਲੇ 'ਚ ਪਾਈ ਸੀ। ਅੱਛਾ, ਉਦੋਂ ਕਿੰਨਾ ਦੁੱਧ ਦਿੱਤਾ ਤੇ ਕੀ ਉਦੋਂ ਇਹ ਮਤਲਬ ਕੰਡੀਸ਼ਨ ਦੇ ਵਿੱਚ? ਜਦੋਂ ਪਹਿਲੇ ਸਾਲ ਪਾਈ ਹੈ ਉਦੋਂ ਇਹ 9 ਮਹੀਨੇ ਦੀ ਟੋਕਰ ਸੀ ਤੇ 6 ਮਹੀਨੇ ਦੀ ਕੱਬ ਸੀ। ਠੀਕ ਹੈ, 13 ਕਿਲੋ ਕੁਛ ਗ੍ਰਾਮ ਦੁੱਧ ਚਵਾ ਕੇ ਆਏ ਸੀ ਉੱਥੇ ਪਹਿਲੇ ਨੰਬਰ ਤੇ ਆਈ ਸੀ। ਠੀਕ ਹੈ, ਦੂਸਰੇ ਸਾਲ ਇਹ ਮਤਲਬ ਕਿ ਉਦੋਂ ਵੀ 8.5 ਮਹੀਨੇ ਟੋਕਰ ਸੀ ਤੇ 5.5 ਮਹੀਨੇ ਦੀ ਕੱਬ ਸੀ। ਠੀਕ ਹੈ, ਉਦੋਂ 12 ਕਿਲੋ ਕੁਛ ਗ੍ਰਾਮ ਦੁੱਧ ਚਵਾ ਕੇ ਆਏ ਸੀ ਪਰ ਇਹ ਪਾਸੇ ਜਾ ਕੇ ਮਿਲਦੀ ਨਹੀਂ ਬਾਈ, ਚਾਰੇ ਟੀਕੇ ਦੀ ਚੋਈ ਜਿਹੜੀ ਗੱਲ। ਅੱਛਾ, ਉੱਥੇ ਟੀਕੇ ਤੇ ਚੋਈ ਪਾਸੇ ਜਾਂਦੀ ਸੀ? ਜ਼ਿਆਦਾ ਸੀਗਾ ਦੁੱਧ, 14 ਪਲੱਸ ਹੀ ਸੀਗਾ, 15 ਕਿਲੋ ਸੀਗਾ। ਫਿਰ ਤਾਂ ਇਹ ਲੰਬਾ ਟਾਈਮ ਇਹਦਾ ਮਤਲਬ ਦੁੱਧ ਪਿਆਉਂਦੀ ਹੈ? ਲੰਬਾ ਟਾਈਮ। ਠੀਕ ਹੈ, ਜਾਂ ਡਰਾਈ ਫਿਰ ਇਹਨੂੰ ਕਦੋਂ ਕਰਦੇ ਆ, ਕਿੰਨੇ ਕੁ ਟਾਈਮ ਆ ਰਹੇ ਨੇ? 2.5 ਮਹੀਨੇ ਪਹਿਲਾਂ ਆਪ ਡਰਾਈ ਕੀਤੀ ਸੀ। ਆਪ ਡਰਾਈ ਕੀਤੀ ਹੈ, ਉਦੋਂ ਦੁੱਧ ਕਿੰਨਾ ਕੁ ਹੁੰਦਾ? ਉਦੋਂ ਅਸੀਂ ਬਈ 7.5-8 ਕਿਲੋ ਦੁੱਧ ਡਰਾਈ ਕੀਤੀ ਜਮਾਂ ਦਾਣਾ ਬੰਦ ਕਰਕੇ। ਠੀਕ ਹੈ, ਦਾਣਾ ਬੰਦ ਕਰਕੇ। ਅੱਛਾ, ਇਹਦਾ ਕਿਤੇ ਹੋਰ ਚਵਾਈ ਦਾ ਵੈਸੇ ਜਿਵੇਂ ਘਰੇਲੂ ਚਵਾਈਆਂ ਚੱਲਦੀਆਂ ਉਵੇਂ ਕਰਵਾ ਲੈਣੀ ਚਾਹੀਦੀ? ਬਈ ਯਾਰ ਕਿ ਤੁਹਾਡੇ ਪੇਜ ਤੇ ਜ਼ਰੂਰ ਕਰਵਾਵਾਂਗੇ, ਮੇਰੇ ਕੋਲ 5 ਡੰਗਰ ਇੱਕੇ ਟਾਈਮ ਸੀ 1 ਮਹੀਨੇ ਦੀ। ਠੀਕ ਹੈ, ਜ਼ਰੂਰ ਤੁਹਾਡੇ ਚੈਨਲ ਤੇ ਕਰਵਾਵਾਂਗੇ। ਠੀਕ ਹੈ ਦੋਸਤੋ, ਮੱਝ ਦੇਖੋ ਬਾਈ ਕੋਲ 20 ਪਲੱਸ ਵਾਲੀ ਹੈ ਤੇ ਇਹਦਾ ਸਬੂਤ ਇਸ ਪੱਖ ਤੋਂ ਵੀ ਤੁਹਾਨੂੰ ਮਿਲ ਜੂਗਾ ਵੀ ਜਿਵੇਂ 6 ਮਹੀਨਿਆਂ ਦੀ ਗੱਭਣ ਦਾ ਦੁੱਧ ਜਿਹੜਾ 12 ਕਿਲੋ ਤੇ ਇੱਕ ਵਾਰ 13 ਕਿਲੋ ਦੋ ਮੇਲਿਆਂ 'ਚ ਲਗਾਤਾਰ ਜ਼ਿਲ੍ਹਾ ਲੈਵਲ ਦੇ ਮੇਲਿਆਂ 'ਚ ਇੱਕ ਵਾਰ ਤਾਂ ਫਸਟ ਹੀ ਆ ਗਈ ਸੀਗੀ। ਤੋਕੜ ਗੱਭਣ ਮੱਝ ਨੇ ਇੰਨਾ ਦੁੱਧ ਦੇਣਾ ਵੱਡੀ ਗੱਲ ਹੈ। ਡਰਾਈ ਬਾਈ ਦੱਸਦਾ ਵੀ ਇਹਨੂੰ ਆਪ ਕਰਨਾ ਪੈਂਦਾ। ਹੁਣ ਵੀ ਇਹ ਹੁਣ ਇਹ ਗੱਭਣ ਆ ਗਈ ਹੁਣ ਬਾਈ ਇਹਦਾ 1 ਮਹੀਨਾ 5-7 ਦਿਨ ਰਹਿ ਗਏ। 1 ਮਹੀਨਾ ਤੇ 5-7 ਦਿਨ ਰਹਿ ਗਏ। ਕਿਹੜੇ ਸਾਨ ਤੋਂ ਗੱਭਣ? ਇਹ ਕਿ ਵਿਰਕ 570 ਤੋਂ ਗੱਭਣ ਆਈ ਹੈ। ਵਿਰਕ 570 ਤੁਹਾਡੇ ਪਿੰਡ ਦੇ ਵਿੱਚ ਹੀ ਹੈ? ਮੇਰੇ ਆਪਣੇ ਤਾਈ ਦੇ ਨਾਲ ਹੀ ਘਰ ਹੈ। ਠੀਕ ਹੈ, ਉਹਨਾਂ ਕੋਲ ਜੀ। ਦੱਸੋ ਵਿਰਕ 570 ਮੇਰੇ ਖਿਆਲ 'ਚ PLDB ਨਾਭਾ ਫਾਰਮ ਦੇ ਵਿੱਚੋਂ ਬਾਈ ਜੀ ਹੋਰਾਂ ਨੇ ਖਰੀਦਿਆ ਸੀਗਾ। 570 ਨੰਬਰ ਉਹਦਾ ਟੈਗ ਹੈ ਅਤੇ ਵਿਰਕ ਡੇਅਰੀ ਫਾਰਮ ਦੇ ਨਾਂ 'ਤੇ ਚੈਨਲ ਪੇਜ ਵੀ ਫੇਸਬੁੱਕ ਦੇ ਉੱਤੇ ਬਾਈ ਜੀ ਹੋਰਾਂ ਦਾ ਚੱਲਦਾ। ਸੋ ਇਹ ਵੱਡੇ ਰਿਕਾਰਡ ਵਾਲੀ ਮੱਝ ਆ ਦੋਸਤੋ। ਇਦੋਂ ਅੱਗੇ ਕੁਛ ਨਾਗ ਹੋਰ ਹੈ ਉਹਨਾਂ ਬਾਰੇ ਵੀ ਪੁੱਛਦੇ ਆ। ਜਿਹੜੀ ਨਾਲ ਝੋਟੀ ਖੜੀ ਹੈ ਵੀਰੇ, ਇਸ ਮੱਝ ਦੀ ਦੂਜੇ ਸੂਏ ਦੀ ਧੀ ਹੈ ਜੀ, ਮੱਝ ਨਾਲ ਰਿਪੀਟਰ ਹੋ ਗਈ ਸੀ ਜਦੋਂ ਮੈਂ ਲਿਆਂਦੀ ਸੀ ਪਹਿਲੇ ਸੂਏ। ਠੀਕ ਹੈ, ਮੋਹਰਾ ਢੁੱਡੀ ਵਾਲੇ ਸਾਹ ਤੋਂ ਵੀ ਕ੍ਰੋਸ ਕਰਵਾਈ ਪਰ ਨਹੀਂ ਰਹੀ, ਮੇਰੇ ਮੋਹਰਾ ਸਾਹ ਤੋਂ ਚੰਗੇ ਸਾਹ ਤੋਂ ਕ੍ਰੋਸ ਕਰਵਾਈ ਸੀ। ਠੀਕ ਹੈ, ਇਹ ਕਨਸੀਵ ਕਰ ਗਈ ਸੀ, ਉਸ ਤੋਂ ਬਾਅਦ ਇਹ ਕੱਟੀ ਦਿੱਤੀ। ਠੀਕ ਹੈ, ਇਹ ਇਹਦਾ ਕੀ ਰਿਕਾਰਡ ਰਿਹਾ ਦੁੱਧ ਵਾਲੇ?
ਲੂਣ ਕੱਟੀ ਨੇ ਖੀਰੀ ਮਤਲਬ ਕਿ ਦੁੱਧ ਦੇ ਦੰਦ ਸੁੱਟੇ ਸੀਗੇ 16 ਕਿਲੋ ਦੁੱਧ ਪਾਇਆ ਇਹਨੇ ਪਹਿਲਾਂ ਨਹੀਂ ਠੀਕ ਹੈ ਦੂਸਰੇ ਸੋਏ 19 ਕਿਲੋ ਦੁੱਧ ਪਾਇਆ ਕਿ ਤੀਸਰੇ ਸੋਏ ਲਈ ਗੱਭਰੂ ਹੈ ਤੀਜੇ ਸੋਏ ਵਾਸਤੇ ਗੱਭਰੂ ਐਲਦੀ ਫਾਸੋਈ ਅੱਛਾ ਇਹ ਕਿ ਸਿਕੰਦਰ ਤੋਂ ਗੱਭਰੂ ਹਾਂਜੀ ਠੀਕ ਹੈ ਉਦੋਂ ਅੱਗੇ ਇੱਕ ਮੱਝ ਵੀਰੇ ਹੋਰ ਬਹੁਤ ਸੋਹਣੀ ਤੇਰੇ ਕੋਲ ਖੜੀ ਹੈ ਨੀਲੀ ਰਾਵੀ ਨਸਲ ਦੇ ਵਿੱਚ ਭਾਈ ਇਹ ਝੋਟੀ ਦੂਜਾ ਸੂਆ ਹੀ ਹੈ ਮੈਂ ਕੱਟਿਆਂ ਤੋਂ ਲੈ ਕੇ ਖਰੀਦੀ ਸੀ ਕੱਟਿਆਂ ਤੋਂ ਖਰੀਦੀ ਸੀ ਇਹ ਕਿ ਦੂਜਾ ਸੂਆ ਸੋਨਾ ਪਹਿਲੇ ਨੇ 14 ਪਲੱਸ ਦੁੱਧ ਹੀ ਪਾਇਆ ਠੀਕ ਹੈ ਇਹ ਕਿ ਦੂਸਰੇ ਸੋਏ ਲਈ ਗੱਭਰੂ ਆਈ ਹੈ ਠੀਕ ਹੈ ਨਾਭੇ ਫਾਰਮ ਦੇ ਸੀ ਮਤਲਬ ਗੱਭਰੂ ਆਈ ਠੀਕ ਹੈ ਬਾਕੀ ਲੇਵਾ ਲੂਵੇ ਉਹਦਾ ਕੋਈ ਅੰਤੀ ਨਹੀਂ ਸਮਝਦਾ ਬਹੁਤ ਤਕੜਾ ਬਣਾਉਂਦੀ ਬਹੁਤ ਲੇਵਾ ਹਾਂਜੀ ਬਸ ਇਹਦੇ 16 18 किलो दुध आलियां मझां दीआं कहीआं जांदीआं ओह कट्टिआं आलियां तों बहुतीआं खरीदीआं जांदीआं जिवें लंगिआणे पिंड दे विच कट्टिआं आले वीर बैठे आ ਤੇ ਜਾਂ ਮੁਰਦਕੀ ਦੇ ਵਿੱਚ ਕੁਛ ਵੀਰ ਕੱਟਿਆਂ ਵਾਲਿਆਂ ਦਾ ਕੰਮ ਕਾਟੂ ਮਾਲ ਦਾ ਕਰਦੇ ਉਹਨਾਂ ਕੋਲ ਉਹ ਕੱਟੀਆਂ ਬਹੁਤੀਆਂ ਆਉਂਦੀਆਂ ਇਹ ਵੀ ਵੀਰ ਨੇ ਇਹਦੀ ਜਾਨ ਬਚਾਈ ਤੇ ਪਰ ਇਹਨੂੰ ਬਾਈ ਨੂੰ ਇਹਦਾ ਫਲ ਦੇ ਰਹੀ ਹੈ ਦੁੱਧ ਦੇ ਰੂਪ 'ਚ ਦੇਖ ਸਕਦੇ ਹੋ ਅੱਖ ਦੋਸਤੋ ਇੱਦਾਂ ਦੀ ਅੱਖ ਨੀਲੀ ਰਾਵੀ ਤੁਹਾਨੂੰ ਅੱਜ ਦੇ ਟਾਈਮ 'ਚ ਬਹੁਤ ਘੱਟ ਮਿਲੂਗੀ ਪਿਓਰ ਨੀਲੀ ਰਾਵੀ ਮੱਝ ਹੈ ਪਰ ਕਿਸੇ ਨੇ ਰਿਪੀਟਰ ਸਮਝ ਕੇ ਅੱਗੇ ਕੱਟਿਆਂ ਵਾਲਿਆਂ ਨੂੰ ਸੇਲ ਕੀਤੀ ਜਿੱਥੋਂ ਵੀਰ ਨੇ ਖਰੀਦੀ ਤੇ ਚੰਗਾ ਦੁੱਧ ਦੇ ਝੋਟੀ ਦੇ ਰਹੀ ਆ ਆਉਣ ਵਾਲੇ ਟਾਈਮ 'ਚ ਗੱਭਣ ਇਹ ਥੋੜਾ ਟਾਈਮ ਰਹਿੰਦਾ ਮਹੀਨੇ ਦੇ ਅੰਦਰ ਇਹਨੇ ਸੁੱਟਣਾ ਫਿਰ ਸੱਦਾ ਮਿਲਦੀ ਜੋ ਤਿਆਰ ਹੋਈ ਹੈ ਵੇਚਣ ਦਾ ਰਤਾ ਹਾਂਜੀ ਵੇਚਾਂਗੇ ਠੀਕ ਠੀਕ ਹੈ ਅੱਛਾ ਤੂੰ ਅੱਗੇ ਜਿਹੜੀ ਬੂਰੀ ਝੋਟੀ ਹੈ ਬਾਈ ਇਹ ਬੂਰੀ ਝੋਟੀ ਬਾਈ ਆਪਣੀ ਬੂਰੀ ਮਾਂ ਜਿਹੜੀ ਬਾਪ ਸੇਲ ਆਈ ਉਹਦੀ ਧੀ ਹੈ ਉਹਦੀ ਧੀ ਹੈ ਕਿਹੜੇ ਸਾਹ ਦੀ ਹੈ ਇਹ ਪੱਖੀ ਵਾਲਾ ਸਾਹ ਸੀ ਗਈ ਆਪਣੇ ਤਾਏ ਕਹਿੰਦੇ ਹੁੰਦੇ ਰਫਤਾਰ ਨਾਲ ਰੱਖਿਆ ਸੀ ਉਹਦਾ ਵਿਰਕੜੇਰੀ ਆ ਗਈ ਅੱਛਾ ਧਨ ਪਤ ਵਪਾਰੀ ਕੋਲ ਸਾਹ ਸੀ ਗਈ ਠੀਕ ਹੈ ਉਹ ਸਾਹ ਦੀ ਧੀ ਹੈ ਕਿੰਨਾ ਚਿਰ ਰਹਿ ਗਿਆ ਸੋਣ ਤੇ ਬਾਈ ਇਹਦੇ ਮਤਲਬ ਕਿ 16 ਦਸੰਬਰ ਨੂੰ ਗੱਭਣ ਹੋਈ ਸੀ ਠੀਕ ਹੈ ਮਹੀਨਾ ਤਕਰੀਬਨ ਇਹਦਾ ਪਿਆ ਬਾਕੀ ਝੋਟੀ ਕਿਸੇ ਵੱਲੋਂ ਖੁੰਝੀ ਨਹੀਂ ਠੀਕ ਹੈ ਅੱਛਾ ਉਮਰ ਕਿੰਨੀ ਕਰਨਾ ਚਾਹੀਦਾ ਉਮਰ ਬਾਈ ਦੁੰਦੀ ਹੋਈ ਹੈ ਦੋ ਦੰਦ ਹੋਏ ਦੋਸਤੋ ਸੇਵਾ ਦਾ ਫਰਕ ਦੇਖਿਓ ਜੇ ਦੋ ਦੰਦ ਹੁਣ ਹੋਈ ਹੈ ਤੇ ਨਾਲ ਚੰਗੇ ਸੀਮਨ ਚੰਗੇ ਸਾਹਣ ਤੋਂ ਗੱਭਣ ਹੈ ਤੇ ਆਉਣ ਵਾਲੇ ਟਾਈਮ 'ਚ ਦੋਸਤੋ ਇਹਨੇ ਵੀ ਚੰਗਾ ਦੁੱਧ ਜਿਹੜਾ ਦੇਣਾ ਅਤੇ ਬਿਊਟੀ ਕੰਪੀਟੀਸ਼ਨ ਵਾਲੀ ਝੋਟੀ ਡੇਢ ਮਹੀਨਾ ਹਜੇ ਪਿਆ ਪਰ ਜੇ ਤੁਸੀਂ ਥੱਲੋਂ ਆਰਡਰ ਕੁਆਲਿਟੀ ਦੇਖੋ ਥਣ ਦਾ ਸਾਈਜ਼ ਦੇਖੋ ਤਾਂ ਬਹੁਤ ਸੋਹਣਾ ਐਕਸਟਰਾ ਆਰਡਨਰੀ ਤੋ ਬਹੁਤ ਸੋਹਣੀ ਝੋਟੀ ਤੁਹਾਨੂੰ ਬੂਰੀ ਮੱਝ ਦੀ ਧੀ ਦਿਖਾ ਰਹੇ ਹਾਂ ਜਿਹੜੀ ਬਾਹਰ ਸੇਲ ਵਾਸਤੇ ਹੈ ਅੱਗੇ ਇੱਕ ਹੋਰ ਨੀਲੀ ਰਾਵੀ 'ਚ ਬਾਈ ਕੋਲ ਬਹੁਤ ਸੋਹਣੀ ਝੋਟੀ ਹੈ ਇਹਦਾ ਕੀ ਰਿਕਾਰਡ ਹੈ ਇਹ ਬਾਈ ਮੈਂ ਤੋਕੜ ਮੱਝ ਲਈ ਸੀ ਪਿਪਲੀ ਪਿੰਡ ਤੋਂ ਠੀਕ ਹੈ ਇਹਦੀ ਮਾਂ 3 ਮਹੀਨੇ ਦੀ ਗੱਭ ਸੀ 12 ਲੀਟਰ ਦੋ ਸੀ ਉੱਥੋਂ ਲਈ ਠੀਕ ਹੈ ਇਹ ਫਿਰੋਜ਼ਪੁਰ ਏਰੀਆ 'ਚੋਂ ਆਈ ਸੋ ਮੈਨੂੰ ਬੰਦਿਆਂ ਦੇ ਮਤਲਬ ਸਰਕਾਰੀ ਸੀਮਨ ਦੀ ਆਪਾਂ ਨੂੰ ਸੀਮਨ ਦਾ ਨਹੀਂ ਪਤਾ ਕਿਹੜੇ ਦੀ ਹੈ ਠੀਕ ਹੈ ਨੋਵਾ ਦੀ ਨਹੀਂ ਆਉਂਦੀ ਆਪਾਂ ਨੂੰ ਕਿਸੇ ਦਾ ਨਹੀਂ ਆਉਂਦਾ ਨਹੀਂ ਕਹਾਂਗੇ ਇਹ ਇੱਕੇ ਦਿਨ ਹੀ ਬਣੀਆਂ ਨੇ ਦੋਨੇ ਇੱਕੋ ਦਿਨ ਕਿਹਦੇ ਆਪਣੇ ਆਪ ਦੇ ਘਰ ਵਾਲੇ ਕੱਟੇ ਤੋਂ ਬਣੀ ਸੀ ਮੀਨੇ ਬਣੋ ਤੋਂ ਬਣੀ ਸੀ ਠੀਕ ਹੈ ਇਹ ਘਰ ਵਾਲਾ ਕੱਟਾ ਉਸ ਮਾਜ ਦਾ ਵੱਡੀ ਮਾਜ ਦਾ ਕੱਟਾ ਸੀਗਾ ਐਸ ਕਿਸੇ ਕੀਤਾ ਮੈਂ ਠੀਕ ਹੈ ਉਸ ਤੋਂ ਗੱਭਣ ਆਈ ਠੀਕ ਹੈ ਇਹਦਾ ਵੀ ਫਿਰ 1.5 ਮਹੀਨੇ ਰਹਿ ਗਿਆ ਇੱਕੇ ਦਿਨ ਹੀ ਬਣੀਆਂ ਉਹ ਸੁਬਾ ਬਣੀ ਟੀਕਾ ਭਰਾਇਆ ਉਹਨੇ ਸ਼ਾਮ ਭਰਾਇਆ ਠੀਕ ਹੈ ਦੋਸਤੋ ਇਹ ਡਾਇਰੈਕਟ ਕ੍ਰਾਸ ਬਾਈ ਕੋਲ ਜਿਹੜੀ ਵੱਡੀ ਮਾਜ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਹੈ ਉਹਦੇ ਬੱਚੇ ਤੋਂ ਅੱਗੇ ਗੱਭਣ ਹੈ 1.5 ਮਹੀਨੇ ਇਹਦਾ ਪਿਆ ਕੱਦ ਥੋੜਾ ਜਿਹਾ ਇਹ ਦੋਸਤੋ ਦਰਮਿਆਨਾ ਹੀ ਰੱਖੂਗੀ ਪਰ ਥੱਲੋਂ ਇਹਨੇ ਵੀ ਕਮਾਲਾਂ ਹੀ ਕਰਨੀਆਂ ਜਿਹੜੇ ਹਿਸਾਬ 'ਤੇ ਤਿਆਰੀ ਹੈ 1.5 ਮਹੀਨਾ ਹਜੇ ਪਿਆ ਇਹ ਦੋ ਨਗੀਨੇ ਆ ਜਿਹੜੇ ਆਉਣ ਵਾਲੇ ਟਾਈਮ 'ਚ ਵੀਰ ਕੋਲ ਨਸਲ ਸੁਧਾਰ ਵਾਸਤੇ ਵੀਰ ਵਰਤੂਗਾ ਇਹਨਾਂ ਤੋਂ ਬੱਚੇ ਜਿਹੜੇ ਚੰਗੇ ਪਾਉਣੇ ਇਹਨਾਂ ਨੇ ਕਿਉਂਕਿ ਆਪ ਬਾਡੀ ਬਣਤਰ ਸੋਹਣੀ ਇਹਨਾਂ ਦੀ ਢਾਂਚੇ ਸੋਹਣੇ ਆ ਹਰੇਕ ਪੱਖ ਤੋਂ ਇਹਨਾਂ ਦੇ ਗੁਣ ਹੈ ਅਤੇ ਇੱਕ ਵੀਰ ਨੇ ਸਾਹੀਵਾਲ ਨਸਲ ਦੀ ਗਾਂ ਰੱਖੀ ਹੈ ਘਰੇ ਇਹਦੇ ਬਾਰੇ ਵੀ ਪੁੱਛ ਲੈਂਦੇ ਹਾਂ ਕਿਉਂਕਿ ਕੁਛ ਵੀਰਾਂ ਦੇ ਫੋਨ ਆਏ ਸੀਗੇ ਵੀ ਸਾਹੀਵਾਲ ਨਸਲ ਬਾਰੇ ਥੋੜ੍ਹੀ ਬਹੁਤ ਗੱਲ ਜ਼ਰੂਰ ਕਰਿਆ ਕਰੋ ਅੱਛਾ ਇਹ ਵੀਰ ਸਾਹੀਵਾਲ ਗਾਂ ਕਹਿੰਦੇ ਬਾਈ ਸਾਹੀਵਾਲ ਗਾਂ ਐਸ 34 ਦੀ ਧੀ ਹੈ ਜੀ ਐਸ 34 ਹਾਂਜੀ ਇਹ ਅਸੀਂ ਮਾਣ ਮਰਾੜ ਨੂੰ ਵੈੜ ਲਿਆਂਦੀ ਸੀ ਅੱਛਾ ਐਸ 34 ਦਾ ਸਿਮਰ ਰਖਵਾਇਆ ਸੀ ਉਹ ਗਾਂ ਬੱਚੀ ਹੈ ਠੀਕ ਹੈ ਇਹਦੇ ਮਗਰੀ ਐਸ 366 ਦੀ ਬੱਚੀ ਹੈ ਜੀ ਬਹੁਤ ਟੌਪ ਹੈ ਇਹ ਗਾਂ ਬਹੁਤ ਟੌਪ ਹੈ ਜੀ ਅੱਛਾ ਇਹ ਹੁਣ ਪਹਿਲਾ ਸੂਆ ਦੂਜੀ ਹਜੇ ਮੂੰਹ ਹੈ ਜੀ ਠੀਕ ਹੈ ਕਿੰਨਾ ਕੁ ਦੁੱਧ ਦੇ ਰਹੀ ਬਈ ਇਹ ਪ੍ਰੋਬਲਮ ਆ ਗਈ ਸੀ ਉਹਨੂੰ ਜੇਰ ਦੀ ਜੇਰ ਮਤਲਬ ਲਾੜ ਅੰਦਰ ਰਹਿ ਗਿਆ ਇਨਫੈਕਸ਼ਨ ਬਹੁਤ ਵੱਧ ਗਈ 13 ਲੀਟਰ ਦੁੱਧ ਦਿੱਤਾ ਇਹਨੇ ਠੀਕ ਹੈ ਵੈਸੇ ਚਵਾਈ ਸੂਈ ਹੈ ਜੀ ਚਵਾਈ 'ਚ ਕਿਵੇਂ ਚਵਾਈ ਬਹੁਤ ਟੌਪ ਹੈ ਜੀ ਅਸੀਂ ਬੱਚਾ ਨਹੀਂ ਕਦੇ ਛੱਡਿਆ ਥੱਲੇ ਠੰਡੀ ਸੀ ਮਤਲਬ ਕਿ ਮਹੀਨਾ ਕੁ ਬੱਚਾ ਛੱਡਿਆ ਹੈ ਉਦੋਂ ਬਾਅਦ ਬੱਚਾ ਨੇ ਅੱਗੇ ਨਾ ਪਹਾੜਾ ਪਾਉਣਾ ਜੀ ਬੱਚਾ ਇੱਥੇ ਮਗਰ ਬੰਨਿਆ ਹੁੰਦਾ ਜੀ ਜੂੜ ਪਾ ਲੈਣਾ ਬਸ ਉਵੇਂ ਉਹਨੇ ਪਿਸ਼ਾਬ ਕਰਕੇ ਪਸ਼ੂ ਪਹਿਣਾ ਉਵੇਂ ਚੋਲੇ ਉਵੇਂ ਚੋਲੇ ਹਾਂਜੀ ਠੀਕ ਹੈ ਦੋਸਤੋ ਐਸ 34 ਇੱਕ ਚੰਗੇ ਰਿਕਾਰਡ ਵਾਲਾ ਸਾਹੀਵਾਲ 'ਚ ਬੁੱਲ ਹੈ ਪ੍ਰੋਪਰ ਡਿਟੇਲ ਨਹੀਂ ਪਤਾ ਪਰ ਜਿੰਨਾ ਕੁ ਨਾਂ ਸੁਣਿਆ ਐਸ 34 ਦਾ ਅਤੇ ਬਾਕੀ ਨਾਲ ਤੁਹਾਨੂੰ ਉਹਦਾ ਰਿਜ਼ਲਟ ਵੀ ਦਿਖਾ ਰਹੇ ਹਾਂ ਪਿਓਰ ਸਾਹੀਵਾਲ ਪਹਿਲਾ ਸੂਆ ਸੋਈ ਹੈ ਠੰਡੀ ਸੀਲ ਬਾਈ ਦੱਸਦਾ ਫੁੱਲ ਹੈ ਅਤੇ ਮਗਰ ਵੱਛੀ ਜਿਹੜੀ ਹੈ ਉਹ ਵੀ ਇਹ ਮੇਰੇ ਖਿਆਲ 'ਚ ਸੈਕ ਦਾ ਐਸ 34 ਦੀ ਇਹ ਤੋਂ ਸਾਹੀਵਾਲ ਬਰੀਡ ਬਾਈ ਕੋਲ ਤਿਆਰ ਹੋਊਗੀ ਵਾਕਈ ਦੋਸਤੋ ਸੋਹਣੀ ਨਸਲ ਹੈ ਥੋੜ੍ਹਾ ਜਿਹਾ ਜਿਹੜਾ ਇਹਦੇ ਬਾਰੇ
डर बनिया हुआ लोगों के गर्म सुभा है ठीक है पर यह भाई दस ठीक है पर यह ठंडी सील फुल है दोस्तों जे कोई वीर साहिवाल ब्रीड घरे रखनी चाहता चंगे बुल ओ भी है मेन समस्या जी आई है दोस्तों नस्लों संबंधी वह साड़ी अणगहली करके नस्लों विगड़िया है तो जो कोई नस्ल विगड़ती है दोस्तों बारे अपन पता ही है भी उदू बाद रिजल्ट की रहा है जो तो नस्ल प्योर होंगी जाऊगी तो वह सुभा ठंडा ही होंगे जाना हरेक नस्ल की एक खासियत है वछी की केयर बाई बहुत सोहनी कर रहा है तो आने वाले टाइम साहिवाल जी है दोस्तों बहुत सोहनी वीर को भी तैयार होनी है मन खुश हों के चंगा दुध बई प्या रहा इन्हों सो ये दोस्तों कोसनाग जे नीली रावी चुनू साहिवाल दिखाती सी तो पूरी झोटी दोस्तों थोड़ा तोर के दिखा दें क्योंकि सोहनी लगी चीज जरूर दिखाई चाहिए यदि मां बाई ने सेल करनी है सो मैं उसले भी तोर के दिखा रहा भी बच्चे का आइडिया हो जाता पशु को भी कि बच्चे पाने देख सकते बुरी झोटी मेरे ख्याल पहला ही होगा जिदे को ब्यूटी कंपीटिशन वाली बुरी जी घर के संभाली भी है ये झोटी देख सकते हो तुम वीडी झोटी है तो नाल एक छोटी कट्टी जी इसे मझ दी वह भी थोड़ी दिखावे ले आ भी बनते डेढ़ महीना दोस्तों सून च रहिंदा बहुत सोहना हवाना करम वाली बना रही है तो चंगे तरीके सूबे थोनू दुध जरूर दिखावांगे इन्हां मझां दा क्योंकि इस मझ दी लाइव चवाई बाई दसदा भी अजे आपां करांगे सही सलामत जरा सूआ हो जाए तो उदू बाद दोस्तों आप जरूर कोशिश करा लाइव के जुड़ा तो यह कट्टी जी है इसे मज की है वीडियो चाकी अपने पिंड आई निका इंद्र बहुत मशहूर हो ठीक है बहुत टॉप दिन झोटिया गया उस ठीक है इंद्र वाले साहब का बच्चा मुंडा चाकी पिंड है जी ठीक है प्रॉब्लम आ गई इस मझ की धी है जी बाई को चंगे दुध आली मझ हलो दोस्तों बहुत सोहने थन कढ़े भी है मास दसदा भी चंगा हवाना पटूगी बाकी हजे बच्चा पर जो मझ वाल देखते हैं मां वाल देखते हैं तो यह भी करम वाली चंगे दुद्ध ही चलनी है हालांकि थोड़ी जी सट्ट जी ये जरूर लगती अगे एक होर बुरी झोटी बाई को भी थोनों दिखाने यदि उम्र कि होगी बी बुरी नवंबर च होनी है 11 नवंबर दो साल की 11 नवंबर दो साल की अच्छा यदि ए आई तो नहीं हुई है नहीं करवाई जी ठीक है अच्छा ये किड़े साल की 570 की रिजल्ट कट्टिया पक्ष तो पहली कट्टी आई है हालांकि वह झोटा दोस्तों नीली रावी च है काले रंग जिहड़ा रंग नीली का हुंदा पर इस बुरी मझ का बच्चा है ये बारे आप गल बात करांगे बाई ने वेचनी है बुरी मझ कट्टी देख सकते हो तुम बहुत सोहनी आई है ए तो अगे एक झोटी बी होर तेरे को मथे बल वाली अपने को वड्डी बल्ली मझ आई उंदी दोती है जी जिहड़ी नाल झोटी खड़ी उंदी है ए आप प्योर नीली रावी कट्टे दी है जी ठीक है पर मझ आवदे ते लै गई मझ आवदे ते लै गई बाकी दी झोली बई जी बहुत चंगी है बहुत उम्मीद है ठीक है दोस्तों नीली रावी ज्यादा उम्मीद है मेरे ते वड्डी मझ जिहड़ी थोनू दिखाई है बाई दी ओदी दोती है ओदी धी नाल ही खड़ी है जिहड़ी थोनू बाई ने दस्सिया सी मुरा मझ तो क्रॉस करा मुरा झोटे तो क्रॉस कराई सी मझ उदों ओदा गां इह बच्चा है अगे तीजी पीढ़ी आप मनांगे उस पक्ष तो आ गई है एक होर झोटी बाई को टेढ़े कट वाली यह कट्टी बाई जी टेढ़े बाई मैं मुल लई सी ऐतकी जनवरी च ठीक है अपने नाल ही मतलब कि पर नहर तो परले पासे घर आई हरजीत सिख मुंडा जी उंदे कोल ही ओदे कोल इह आप ही गुज्जर झोटा लै गए सी गोले वाले पिंडो ठीक है ओह सां दी धी है जिहदी मां प्योर मुरा सी ठीक है कल मथे फुल सी झोटी एडा जी ठीक है उंदी गां धी है जी गां इह 3.5 महीने दी गब्बन है कोहिनूर तों झूठ चक्कल झूठ चक्कल कोहिनूर हां जी सो दोस्तों इह सीगियां झोटियां बाई कोल जिहड़ियां संभालियां वियां घर दे विच आउण वाले टाइम च चंगा फार्म इह बनना नीली रावी नसल ते ते शौक भी बाई नूं नीली दा ही है सो हुण आपां दोस्तों गल करांगे बाई कोल जिहड़ी बूरी तोकड़ है इहदे बारे मगर कट्टी आई सी जिहड़ी ओह मैं बाई पिंदे नूं ही पता बुईआं वाले वल नूं
ਉਹ ਵੀ ਉਹਨੇ ਵੀ ਝੋਟੀ ਵੇਖੀ ਉਹ ਖੁੰਦਰ ਵਾਲੇ ਵਪਾਰੀ ਲੈ ਗਿਆ ਜੀ ਬੱਬੂ ਤੇ ਕੇਸ਼ਾ ਵਪਾਰੀ ਨਾਂ ਦਾ ਜੀ ਅੱਛਾ ਉਹ ਲੈ ਗਏ 1,24,000 ਦੀ ਵਿਸਾਖ ਮਹੀਨੇ ਜੋ ਮੇਰੇ ਤੇ ਝੋਟੀ ਲੈ ਗਏ ਸੀ ਠੀਕ ਹੈ ਤੇ ਉਹ ਕੱਟੀ ਮਗਰ ਆਈ ਸੀ ਬਾਅਦ ਚ ਉਹ ਦੂਸਰੀ ਝੋਟੀ ਦਿੱਤੀ ਫਿਰ ਆਹ ਕੱਟੀ ਪਿਛਲੇ ਸੂਏ ਕੱਟਾ ਸੀਗਾ ਹੁਣ ਗਾਂ ਫਿਰ ਗੱਬਣ ਆਈ ਠੀਕ ਹੈ ਜਾਨੀ ਇਹ ਬਾਈ ਜੀ ਦੀ ਇੱਕ ਸਿਫਤ ਆਈ ਜਿੱਦਣ ਸੂਪੀ 20 ਦਿਨ ਨੋਟ ਕਰ ਲਿਓ 20 ਦਿਨ ਰਿੰਗ ਪੂਗੀ ਕਿ ਮੈਨੂੰ ਬਨਵਾ ਲਓ ਪਰ ਅਸੀਂ ਮਹੀਨੇ ਤੋਂ ਕ੍ਰਾਸ ਕਰਵਾਉਣੇ ਨੇ ਠੀਕ ਹੈ ਅੱਛਾ 20 ਦਿਨਾਂ ਬਾਅਦ ਹੀਟ ਕੱਢੇ ਹੁੰਦੀ ਹੈ ਠੀਕ ਹੈ ਅੱਛਾ ਬੱਚੇ ਹੁਣ ਤੱਕ ਫਿਰ ਬੁਰੇ ਪਾਏ ਸਾਰੇ ਇੱਕ ਬੱਚਾ ਵੀ ਨਹੀਂ ਕਾਲਾ ਪਾਇਆ ਸਾਰੇ ਬੁਰੇ ਪਾਏ ਜਿਹੜੇ ਬੰਦੇ ਤੋਂ ਲਿਆਂਦੀ ਸੀ ਉਹ ਕਹਿੰਦਾ ਪਹਿਲੇ ਸੂਏ ਮੇਰੇ ਕੋਲ ਕੱਟਾ ਦਿੱਤਾ ਉਹ ਵੀ ਬੁਰਾ ਦਿੱਤਾ ਸੀ ਉਹਦੇ ਕੋਲ ਐਕਸਪਾਇਰ ਹੋ ਗਿਆ ਸੀਗਾ ਦੂਜੇ ਸੂਏ ਝੋਟੀ ਉਹਨਾਂ ਦੇ ਰਿਸ਼ਤੇਦਾਰ ਲੈ ਗਏ ਠੀਕ ਹੈ ਤੀਜੇ ਸੂਏ ਮੈਨੂੰ ਕਹਿੰਦੇ ਆਹ ਕੱਟੀ ਮਗਰ ਆਈ ਮੈਂ ਉਦੋਂ ਜਿਹੜੀ ਕੱਟੀ ਲੈ ਕੇ ਆਉਂਦੀ ਸੀ ਠੀਕ ਹੈ ਉਹ ਕੱਟੀ ਉਹਨੇ ਮਗਰ ਆਈ ਸੀ ਠੀਕ ਹੈ ਜਾਨੀ ਇਹਦਾ ਮਤਲਬ ਐਡੂ ਪਹਿਲਾਂ 5 ਸੂਏ ਸੂਪੀ ਫਿਰ ਹਾਂਜੀ ਠੀਕ ਹੈ ਅੱਛਾ ਹੁਣ 6ਵੇਂ ਸੂਏ ਵਾਸਤੇ ਕਿਹੜੇ ਸਾਲ ਤੋਂ ਨਹੀਂ 5 ਨਹੀਂ 5 ਲਈ ਤਾਂ ਹੁਣ ਗੱਬਣਾ ਮਤਲਬ 2 ਸੂਏ ਪਹਿਲਾਂ 7ਵਾਂ 8ਵਾਂ ਸੂਆ ਲਾ ਲਓ ਮੰਨ ਕੇ ਚੱਲੋ ਤੁਸੀਂ ਠੀਕ ਹੈ 7ਵਾਂ 8ਵਾਂ ਸੂਆ ਤੋਰ ਵੱਲੋਂ ਕੋਈ ਇਹਨੂੰ ਇਹ ਨਹੀਂ ਕਹੂਗਾ ਕਿ ਇਸ ਝੋਟੀਆਂ ਨਾਲ ਦੀ ਤੋਰ ਰਹਿੰਦੀ ਹੁਣ ਤੋਰ ਕਿਉਂ ਖਾਵਾਂਗੇ ਠੀਕ ਹੈ ਅੱਛਾ ਹੁਣ ਕਿਹੜੇ ਸਾਨ ਤੋਂ ਗੱਬਣਾ ਹੁਣ ਜੀ ਇਹ ਜਿਹੜਾ ਜੰਡ ਵਾਲਾ ਮੇਲਾ ਲੱਗਾ ਸੀਗਾ ਜੀ ਭਗਤੇ ਕੋਲ ਠੀਕ ਹੈ ਬਠਿੰਡੇ ਜ਼ਿਲ੍ਹੇ 'ਚ ਲੱਗਾ ਸੀ ਉੱਥੋਂ ਜਿਹੜਾ ਕੱਟਾ ਖੀਰਾ ਪਹਿਲੇ ਨੰਬਰ 'ਤੇ ਆਇਆ ਸੀ ਬੁਰਜ ਮਸਤਾ ਪਿੰਡ ਆਪਣੇ ਨਾਲ ਜੀ ਉਸ ਕੱਟੇ ਤੋਂ ਕ੍ਰੋਸ ਕਰਵਾਈ ਹੈ ਨੀਲੀ ਰਾਵੀ 'ਚ ਕੱਟਾ ਸੀ ਔਰ ਨੀਲੀ ਰਾਵੀ ਹੈ ਜੀ ਉਹਦਾ ਕੱਟੇ ਦਾ ਮੂੰਹ ਸਿਰਫ 1.5 ਗਿੱਠ ਦਈ ਹੈ ਜੀ ਇੰਨਾ ਨਿੱਕੇ ਮੂੰਹ ਦਈ ਉਹ ਅੱਛਾ ਠੀਕ ਹੈ ਜਾਨੀ ਉਹਦੇ ਤੋਂ ਕ੍ਰੋਸ ਅੱਛਾ ਕੀ ਰੇਟ ਸੋਚਿਆ ਬਈ ਇਹਦਾ ਹੁਣ ਬਈ ਦੇਣ ਲੈਣ ਵਾਲੀ 40,000 ਰੁਪਇਆ ਰੇਟ ਆ ਜਾਂਦਾ ਇਹਦਾ ਭਾਵ ਕੀ ਗਿਫਟ ਹੀ ਦੇਣਾ ਆਪਾਂ ਜਿਹੜੇ ਬੰਦੇ ਨੂੰ ਦਿੱਤਾ ਜੀ ਠੀਕ ਹੈ ਇੰਨੇ ਦਾ ਬੱਚਾ ਹੀ ਵਿਕ ਜਾਂਦਾ ਇਹਦਾ ਕਹਿਣ ਦਾ ਭਾਵ ਕੀ ਮੇਰੇ ਤੋਂ ਬਹੁਤ ਬੰਦੇ ਮੰਗਦੇ ਹੁੰਦੇ ਸੀ ਪਰ ਮੈਂ ਆਪ ਸ਼ੌਂਕ ਨਾਲ ਰੱਖੀਆਂ ਠੀਕ ਹੈ ਦੁੱਧ ਕਿੰਨਾ ਕੁ ਦਿੰਦੀ ਰਹੀ ਬਈ ਬਈ ਜੀ ਜਦੋਂ ਮੈਂ ਪਹਿਲੇ ਸੂਏ ਲਿਆਂਦੀ ਸੀ ਉਦੋਂ ਉਹਨਾਂ ਕੋਲੋਂ 15 ਲੀਟਰ ਦੁੱਧ ਤੋਲ ਕੇ ਲਿਆਂਦੀ ਸੀ ਉਹ ਬੰਦਿਆਂ ਤੋਂ ਜੀ ਠੀਕ ਹੈ ਮੇਰੇ ਕੋਲ ਆ ਕੇ 17 ਲੀਟਰ ਦੁੱਧ ਕੀਤਾ ਇਹਨੇ ਜੀ ਠੀਕ ਹੈ ਉਦੋਂ ਬਾਅਦ ਬਈ ਜੀ ਮੈਂ ਅਗਲੇ ਸੂਏ ਜ਼ੋਰ ਵੀ ਨਹੀਂ ਲਾਇਆ ਇਹਨਾਂ ਕਿਉਂਕਿ ਮੈਂ ਬੱਚੇ ਲੈਂਦੇ ਇਹਦੇ ਤੋਂ ਲਾਲਚ ਕੀਤਾ ਜੀ ਠੀਕ ਦੁੱਧ ਦਾ ਲਾਲਚ ਨਹੀਂ ਕੀਤਾ ਸਮਾਜ ਤੋਂ ਠੀਕ ਹੈ ਅੱਛਾ ਹੁਣ ਇਸ ਟਾਈਮ ਇਹ ਕਿੰਨੇ ਚਿਰ ਦੀ ਕੱਬਣ ਬਈ ਇਹ 22 ਅਪ੍ਰੈਲ ਨੂੰ ਗੱਬਣ ਹੋਈ ਸੀ ਠੀਕ ਹੈ ਤੇ ਹੁਣ ਬਾਕੀ ਹਿਸਾਬ ਲਾ ਲਓ 4 ਮਹੀਨੇ 10-12 ਦਿਨਾਂ ਦੀ ਗੱਬਣ ਹੈ 4 ਮਹੀਨੇ ਤੇ 10-12 ਦਿਨਾਂ ਦੀ ਗੱਬਣ ਚੈੱਕ ਪਾਸ ਹੋ ਗਈ ਬਈ ਚੈੱਕ ਪਾਸ ਹਾਂ ਜੀ ਠੀਕ ਹੈ ਹੁਣ ਦੁੱਧ ਦਿੰਦੀ ਹੈ ਜਾਂ ਨਹੀਂ ਬਈ ਹੁਣ ਦੁੱਧ ਮਤਲਬ ਕਿ ਡਰਾਈ ਆਪ ਹੀ ਕਰੀ ਜਾਂਦੇ ਕਿਉਂਕਿ ਦੁੱਧ ਹੈਗਾ ਸੀ ਥਲੇ 5 ਲੀਟਰ ਜੇ ਵੈਕਸੀਨ ਲੱਗਣ ਕਰਕੇ ਇੱਕ ਗਰਮੀ ਬਹੁਤ ਜ਼ਿਆਦਾ ਸੀ ਠੀਕ ਹੈ ਇਹ ਦੁੱਧ ਮਤਲਬ 2.5 ਕਿਲੋ ਦਾ ਕਹਿੰਦਾ ਭਾਵ ਕਿ ਡਰਾਈ ਸਮਝੋ ਤੁਸੀਂ ਥਣ ਪਾਸ ਕਰਾਉਂਦੀ ਹੈ ਹਾਂਜੀ ਠੀਕ ਹੈ ਖੋਲ ਨਹੀਂ ਬਈ ਮੜਾ ਇਹਨੂੰ ਦੋਸਤੋ 7ਵਾਂ 8ਵਾਂ ਸੂਆ ਤੁਸੀਂ ਬਹੁਤ ਕਮੈਂਟ ਕਰਦੇ ਹੁੰਦੇ ਆ ਵੀ ਸੂਆ ਕੋਈ ਸਹੀ ਨਹੀਂ ਦੱਸਦਾ ਇਹ ਵੀਰ ਨੇ ਸਹੀ ਦੱਸਿਆ ਤੇ ਨਾਲੇ ਵੀ ਤੁਹਾਨੂੰ ਦੱਸਦਾ ਵੀ ਹੁਣ ਤੱਕ ਜਿੰਨੇ ਬੱਚੇ ਇਸ ਮੱਝ ਦੇ ਆਏ ਆ ਸਾਰੇ ਹੀ ਬੂਰੇ ਆਏ ਆ ਸਟਰਕਚਰ ਦੇਖ ਲਓ ਦੋਸਤੋ ਛੋਟੇ ਕੱਦ ਕਾਠ ਦੀ ਆ ਪਰ ਬੱਚੇ ਤੁਹਾਨੂੰ ਪਹਿਲਾਂ ਹੀ ਦਿਖਾਤੇ ਝੋਟੀਆਂ ਕੱਦ ਕਾਠ 'ਚ ਵੀ ਬਹੁਤ ਚੰਗੀਆਂ ਪਾਈਆਂ ਮੱਝ ਨੇ ਅਤੇ ਰੰਗ ਰੂਪ 'ਚ ਵੀ ਬਹੁਤ ਸੋਹਣੀਆਂ ਬੂਰੀ ਕੋਈ ਖਰੀਦਣੀ ਚਾਹੁੰਦਾ ਤਾਂ ਹੁਣ ਤੱਕ ਦੇ ਬੂਰੇ ਬੱਚੇ ਹੀ ਸਾਰੇ ਇਹਨੇ ਦਿੱਤੇ ਅਤੇ ਜ਼ਿਆਦਾ ਦਿੱਤੀਆਂ ਵੀ ਕੱਟੀਆਂ ਹੀ ਆ ਕੱਟੇ 2 ਆਏ ਆ ਇਹਦੇ ਜੇ ਕੋਈ ਵੀਰ ਖਰੀਦਣਾ ਚਾਹਵੇ 40,000 ਰੇਟ ਬਾਈ ਨੇ ਰੱਖਿਆ ਫਿਕਸ ਜਿਹਾ ਹੀ ਰੇਟ ਆ ਦੋਸਤੋ ਬਾਕੀ ਗੱਬਣ ਚੈੱਕ ਪਾਸ ਤੁਸੀਂ ਕਰਾ ਸਕਦੇ ਹੋ ਦੁੱਧ ਡਰਾਈ ਹੋ ਗਈ ਤੁਸੀਂ ਥਣ ਪਾਸ ਕਰ ਸਕਦੇ ਹੋ ਚੰਗੇ ਬੁੱਲ ਤੋਂ ਗੱਬਣ ਆਈ ਉਹਨਾਂ ਕੋਲ ਹੁਣ ਮਤਲਬ ਕੱਟੇ ਦੀ ਮਾਂ ਵੀ ਹੈਗੀ ਆ ਜੀ ਠੀਕ ਹੈ ਉਹਦੇ ਥੱਲੇ ਹੁਣ ਵੀ 19-20 ਲੀਟਰ ਦੁੱਧ ਤਿਆਰ ਆ ਜੀ ਠੀਕ ਹੈ ਜਾਨੀ ਨੰਬਰ ਦੇ ਦਾਂਗੇ ਜਾ ਕੇ ਚੈੱਕ ਕਰ ਸਕਦਾ ਕੱਟਾ ਹੀ ਦੇ ਸਕਦਾ ਜਿਹੜੇ ਤੋਂ ਠੀਕ ਹੈ ਜਾਨੀ ਚੰਗੇ ਸੀ ਚੰਗੇ ਝੋਟੇ ਘਾਰੀ ਉਹਨਾਂ ਦਾ 1.5 ਕਿਲੋਮੀਟਰ ਦੀ ਠੀਕ ਹੈ ਅੱਛਾ ਇਦੋਂ ਅੱਗੇ ਜਿਹੜੀ ਝੋਟੀ ਇੱਕ ਖੜੀ ਹੈ ਬਈ ਹੁਣੇ ਤਾਜੀ ਸੂਈ ਵੀ ਇਹ ਬਾਈ ਜੀ ਕੰਨੀ ਵਾਲੇ ਦੰਦ ਹੈ ਜਿਹੜੇ ਨਾਲ ਮਤਲਬ ਕਿ ਸੁੱਟ ਕੇ ਥੋੜੇ ਥੋੜੇ ਕੱਢੇ ਹੋਏ 6 ਦੰਦ ਹੈ 6 ਦੰਦ ਹਾਂਜੀ ਦੂਜਾ ਸੂਆ ਸੂਈ ਜੀ ਦੂਜਾ ਸੂਆ ਠੀਕ ਹੈ ਜਾ ਕੀ ਬੱਚਾ ਦਿੱਤਾ ਇਹਨੇ ਵੀਰੇ ਬਈ ਨਾਗ ਦਾ ਬੱਚਾ ਦਿੱਤਾ ਨਾਗ ਜਿਹੜਾ ਨਾਭੇ ਫਾਰਮ ਵਾਲਾ ਜੀ ਠੀਕ ਹੈ ਨਾਗ ਦਾ ਬੱਚਾ ਇਹ ਖਰੀਦੀ ਆਪਣੀ ਬਈ ਆਪਾਂ ਖਰੀਦੀ ਹੈ ਠੀਕ ਹੈ ਸ਼ੌਂਕ ਦੇ ਤੌਰ ਤੇ ਖਰੀਦੀ ਹੈ ਜੀ ਜੇ ਮਤਲਬ ਕਿ ਚੰਗੇ ਕੀਮਤ ਦੇ ਦੀ ਜਾਂਦੀ ਕਿਸੇ ਨੇ ਫਿਰ ਵੇਚਣੀ ਪਹਿਲਾਂ ਨੇ 16 ਲੀਟਰ ਦੁੱਧ ਪਾਇਆ ਜੀ ਗਰੰਟੀ ਵਾਲਾ ਜੀ ਠੀਕ ਹੈ ਅੱਛਾ ਅਗਲੇ ਸੇਵਾ ਬਿਲਕੁਲ ਰੇਟ ਕੀ ਸੋਚਿਆ ਇਹਦਾ ਰੇਟ ਬਾਈ ਫੋਨ ਤੇ ਕਰ ਲਾਂ ਕੋਈ ਫੋਨ ਤੇ ਖੋਲੀ ਵੀਰੇ ਨੂੰ ਦੋਸਤੋ ਨਾਗਸਾਨ ਦਾ ਬੱਚਾ ਇਹਨੇ ਕੱਟਾ ਦਿੱਤਾ ਚਾਰੇ ਪੈਰ ਵਾਈਟ ਹੈ ਅੱਖ ਬਹੁਤ ਸੋਹਣੀ ਹੈ ਸਿੰਘ ਥੋੜਾ ਜਿਹਾ ਖੁੱਲਾ ਹੈ ਕੱਦ ਦਰਮਿਆਨਾ ਹੀ ਹੈ ਪਰ ਜਦੋਂ ਹਵਾਨਾ ਦੇਖਾਂਗੇ ਜਦੋਂ ਤੁਰੂਗੀ ਤਾਂ ਉਦੋਂ ਦੱਸੂਗਾ ਵੀ ਹਵਾਨਾ ਜਿਹੜਾ ਇਹਦੀ ਤਿਆਰੀ ਹੈ ਉਹ ਬਹੁਤ ਜ਼ਿਆਦਾ ਕੁਦਰਤੀ ਹੀ ਹੈ ਦੋਸਤੋ ਵੀ ਮੌਕੇ ਦੇ ਉੱਤੇ ਪਹੁੰਚੇ ਹੈ ਇਹਦੇ ਵੀਡੀਓ ਬਣਾਉਣ ਵਾਸਤੇ ਹਜੇ ਸੂਕੇ ਹੀ ਹਟੀ ਹੈ ਇਹ ਜੇਰ ਹਜੇ ਪੈਣੀ ਬਾਕੀ ਹੈ ਆਰਡਰ ਕੁਆਲਿਟੀ ਜ਼ਬਰਦਸਤ ਬਹੁਤ ਸੋਹਣਾ ਥਾਣ ਅਤੇ ਵੱਡਾ ਹਵਾਨਾ ਵੈਤ ਦੇ ਹਿਸਾਬ 'ਤੇ ਜੇ ਤੁਸੀਂ ਵੇਖੋ ਤਾਂ ਹਵਾਨਾ ਦੋਸਤੋ ਅੱਗੇ ਨੂੰ ਵੀ ਫੁੱਲ ਪਛਾਣ ਨੂੰ ਵੀ ਫੁੱਲ ਚੰਗਾ ਦੁੱਧ ਪਾਊਗੀ ਜੇ ਕੋਈ ਵੀਰ ਚੰਗੇ ਦੁੱਧ ਵਾਲੀ ਨੀਲੀ ਰਾਵੀ ਖਰੀਦਣੀ ਚਾਹੁੰਦਾ ਤਾਂ ਜ਼ਰੂਰ ਤੁਸੀਂ ਕੰਟੈਕਟ ਕਰ ਸਕਦੇ ਹੋ ਆਰਡਰ ਤੁਸੀਂ ਦੋਸਤੋ ਦੇਖ ਸਕਦੇ ਹੋ ਥਣ ਦਾ ਸਾਈਜ਼ ਦੇਖਣ ਵਾਲਾ ਅਤੇ ਹਵਾਨਾ ਇੱਥੋਂ ਜ਼ਰੂਰ ਧਿਆਨ 'ਚ ਕਰੋ ਵੀ ਪਛਾਣ ਨੂੰ ਉੱਪਰ ਤੱਕ ਜੋਸ਼ ਵਾਲਾ ਹਵਾਨਾ ਇਹ ਇਹਨਾਂ ਹਵਾਨਿਆਂ ਦੇ ਵਿੱਚੋਂ ਦੁੱਧ ਨਿਕਲਣਾ ਹੁੰਦਾ ਕਿਉਂਕਿ ਇਹ ਢਿੱਲਾ ਪਾਣੇ ਦੇ 'ਚ ਭੋਰਾ ਵੀ ਦਿਸਦਾ ਨਹੀਂ ਹਵਾਨੇ ਦੇ ਉੱਤੇ ਨਾੜਾਂ ਵੀ ਜ਼ਰੂਰ ਦੇਖ ਲਓ ਅਤੇ ਥਣ ਦਾ ਸਾਈਜ਼ ਦੋਸਤੋ ਇਹਦਾ ਮੁੱਠੀ ਦੀ ਚਵਾਈ ਵਾਲਾ ਕੋਈ ਲੰਬਾ ਥਣ ਨਹੀਂ ਅਤੇ ਨਾ ਕੋਈ ਬਹੁਤਾ ਛੋਟਾ ਬਹੁਤ ਸੋਹਣਾ ਥਣ ਪਸਮਾ ਕਰਕੇ
थन भी दोस्तों देखने वाले है। बच्चा भी इन्हें प्योर नीली रावी च दिता, कोई ओवर वाइट नहीं गा। बच्चा चारे पैर चिट्टे है, मत्थे बल है, अख बहुत सोहनी है। हजे बैठा हो उहदे करके तुहानू दिखाउंदे नहीं गे। झोटी एक बार फिर तुहानू तोर के दिखा दिंदे दोस्तों। हुणे ही सूई सी उहदे करके नवाई नहीं गी, पर करैक्टर जिहड़ा रंग रूप वाले पक्ष तों भी नीली रावी वाले प्रॉपर पूरे करदी है। ते अडर क्वालिटी तां इहदे वर्गी छेती देखण नूं मिलनी नहीं गी, क्योंकि एडा हवाना तैयार होना पशु दा वो घट ही देखने मिलता। तो दूजा सूआ सूई है, हजे कन्नियां वाले दंद भाई दसदा भी इन्हें हजे कढ ही रही है, हुण जवान होई है। ऐतकी दुध पिछले सूए नालों वध देऊ, जिवें पहले सूए 16 किलो दिता, तो उम्मीद ऐतकी ज़्यादा दुध इहनूं देना चाहिए। सो दोस्तों ये नग जिहड़े बाई ने विकाऊ किए वह दो है, तो बाकी पशु शौक वजों तुहानूं दिखाए है। उम्मीद है वीडियो तुहानूं पसंद आऊगी। कमेंट करके जरूर दस्सो तुहानूं ये पशु किदां दे लगे, जिवें खास करके बूरियां झुट्टियां ते जां इधर एक मझ जिहड़ी दोस्तों चंगे दुध वाली बाई कोल खड़ी है, इहदे बारे मेहरबानी दोस्तों। धन्नवाद वीडियो देखण लई। कमेंट जिहड़े आउण है उहनां दे विच तुहाडे सुझाअ जिहड़े आ जां तुहाडे विचार इहनां पशुआं बारे वो जरूर देखांगे, सुणांगे ते पढ़ांगे। धन्नवाद।